ਆਣੀਆਂ ਵੇ ਜਾਣੀਆਂ ਮੱਕਵੇਂ ਚੰਗੀ ਗੋਲਾ ਤੇਰੇ ਪਿੱਛੇ ਪਿੱਛੇ ਆਣੀਆਂ ਓਕੇ ਮਜ਼ਬੂਰ ਤੇਰੇ ਤਰਲੇ ਮੈਂ ਪਾਉਣੀਆਂ। ਮਾਸਟਰ ਜਵੇਦ ਸਾਹਿਬ ਕਹਿ ਰਹੇ ਨੇ ਹਾਂਜੀ ਆ ਜਾਓ ਜਨਾਬ। ਬਿਸਮਿਲ੍ਲਾ 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 ਇਜਾਜ਼ਤ ਹੋਵੇ ਤੇ ਬੈਠ ਜੀਏ। ਬੈਠੋ ਬੈਠੋ ਜਨਾਬ ਬਿਸਮਿਲ੍ਲਾ। ਅੱਛਾ ਮਾਸਟਰ ਸਾਹਿਬ ਮੈਂ ਤੁਹਾਡਾ ਬੈਨ ਬੁੱਕ ਕਢਵਾਉਣ ਆਇਆ ਵਾਂ ਜੀ। ਬਿਸਮਿਲ੍ਲਾ ਹੋ ਜਾਏਗਾ। ਮੈਂ ਸੁਣਿਆ ਤੁਹਾਡਾ ਬੇਟਾ ਜਿਹੜਾ ਅਲੀ ਹੈ ਕਲਾਰਨੇਟ ਬਹੁਤ ਅੱਛਾ ਵਜਾਉਂਦਾ। ਹਾਂਜੀ ਸ਼ੁਕਰ ਹੈ ਅੱਲਾ ਪਾਕ ਦਾ। ਠੀਕ ਹੈ ਬੈਂਡ ਮੁਗਲਪੁਰਾ ਡਰਾਈ ਬੋਰਡ ਹਾਂਜੀ ਵੇਖੀ ਹੈ? ਹਾਂਜੀ ਵੇਖਿਆ। ਉੱਥੇ ਜਾਣਾ ਸ਼ਾਮੀ 6 ਵਜੇ, ਮੇਰੇ ਸਕੇ ਭਰਾ ਦੀ ਸ਼ਾਦੀ ਹੈ। ਬਿਸਮਿਲ੍ਲਾ ਜੀ ਆ ਜਾਂਗੇ। ਇਹ ਦੱਸੋ ਪੈਸੇ ਕਿੰਨੇ ਲੋਗ? ਪੈਸੇ ਜਨਾਬ ਤੁਹਾਡੇ ਕੋਲ ਗੱਡੀ ਪਾ ਕੇ 30,000 ਜੀ। 30,000 ਗੱਲ ਹੀ ਕੋਈ ਨਹੀਂ, ਥੋੜ੍ਹੇ ਜਿਹੇ ਤਾਂ ਘੱਟ ਕਰੋ ਯਾਰ, ਮਿਹਰਬਾਨੀ ਹੈ ਤੁਹਾਡੀ। ਪਹਿਲਾਂ ਤੁਸੀਂ 28,000 ਰੁਪਇਆ ਦੇ ਦੇਣਾ। ਨਹੀਂ ਸਰ, ਚਿੰਗ ਚਿੰਗ ਅੱਛਾ ਚਲਾਉਂਦਾ ਮੈਂ, ਕੁਛ ਤਾਂ ਖਿਆਲ ਕਰੋ ਮੇਰਾ। ਭਰਾ ਦੀ ਸ਼ਾਦੀ ਹੈ ਯਾਰ। ਬਿਲਕੁਲ ਬਿਲਕੁਲ ਭਰਾ ਦੀ ਹੈ। ਖਿਆਲ ਕੀ ਕਰੀਏ ਵੀ 30,000 ਲਈਦਾ, ਤੈਨੂੰ 28 ਕਰ ਦਿੱਤਾ। ਨਹੀਂ ਸਰ, ਰਿਕੁਐਸਟ ਹੈ ਤੁਹਾਡੀ, ਥੋੜ੍ਹੇ ਹੋਰ ਘੱਟ ਕਰੋ। ਚੱਲ ਤੂੰ ਯਾਰ ਬੰਦਾ ਤੂੰ ਚੰਗਾ ਲੱਗਦਾ, ਮਜ਼ਦੂਰ ਆਦਮੀ, ਤੈਨੂੰ 25,000 ਫਾਈਨਲ ਕਰ ਦਿਆਂ। ਉਹ ਸਰ ਤੁਹਾਡੀ ਮਿਹਰਬਾਨੀ ਹੈ, ਥੋੜ੍ਹਾ ਜਿਹਾ ਹੋਰ ਥੱਲੇ ਆਓ, ਤੁਹਾਨੂੰ ਅੱਲਾ ਦਾ ਵਾਸਤਾ, ਹੋਰ ਥੱਲੇ ਆਓ, ਤੁਹਾਡਾ ਨਾਂ ਸੁਣ ਕੇ ਆਏ ਹਾਂ ਅਸੀਂ। ਯਾਰ ਹੋਰ ਇਸ ਤੋਂ ਘੱਟ ਮੈਂ ਕੀ ਕਰਾਂ ਤੈਨੂੰ ਭਾਈ, ਨਾਲ ਗੱਡੀ ਹੁੰਦੀ ਹੈ, 5-6,000 ਰੁਪਇਆ ਤਾਂ ਗੱਡੀ ਦਾ ਬਣ ਜਾਂਦਾ, ਬਾਕੀ 12 ਬੰਦੇ ਹੁੰਦੇ ਨੇ, ਲੇਬਰ ਹੁੰਦੀ ਪੂਰੀ, ਯੂਨੀਫਾਰਮ ਪ੍ਰੈਸ ਕਰਾ, ਇਸਤਰੀ ਕਰਾ, ਬੜੇ ਖਰਚੇ ਨੇ। 20,000 ਰੁਪਇਆ ਮੇਰੀ ਗੱਲ ਸੁਣੋ, ਤੁਹਾਨੂੰ ਦਾਂਗੇ। ਠੀਕ ਹੈ ਤੇ ਬਿਸਮਿਲ੍ਲਾ, ਤੁਸੀਂ 12 ਬੰਦੇ ਆਉਣੇ ਨੇ ਸ਼ਾਮੀ 6 ਵਜੇ। ਚਲੋ ਠੀਕ ਹੈ ਆ ਜਾ। ਮੁਗਲਪੁਰਾ ਡਰਾਈ ਬੋਰਡ ਆ ਜਾ ਆ ਜਾ। ਤੇ ਮੇਰੀ ਗੱਲ ਸੁਣ ਲਓ, ਗਾਣੇ ਜਿਹੜੇ ਨੇ ਨਾ ਉੱਥੇ, ਹਾਂਜੀ, ਤੁਸੀਂ ਸਿਰਫ ਚਾਹਤ ਫਤਿਹ ਅਲੀ ਖਾਨ ਨਹੀਂ ਜੇ ਅੱਜ ਕੱਲ੍ਹ ਲਓ ਬਦੋਪਦੀ ਬਦੋਪਦੀ, ਹਾਂਜੀ, ਉਹਦੇ ਗਾਣੇ ਬਸ ਵਜਾਉਣੇ ਨੇ। ਚਲੋ ਮੇਰਾ ਖਾਨਾ ਖਰਾਬ ਹੋਵੇ, ਕਿਹੜੇ ਬਸੂਰੇ ਬੰਦੇ ਦਾ ਨਾਂ ਲੈਣ ਡਿਆ? ਉਹ ਬਸੂਰਾ ਬੰਦਾ, ਉਹ ਬੜਾ ਮਸ਼ਹੂਰ ਬੰਦਾ ਜੇ, ਉਹਨੇ ਹਰ ਵਿਆਹ ਦੇ ਗਾਣੇ ਵੱਜਦੇ ਨੇ, ਤੁਸੀਂ ਵਜਾ ਲਓ ਤਾਂ ਕੀ ਹੋਏਗਾ? ਔਰ ਨਹੀਂ ਭਾਈ, ਅਸੀਂ ਨਹੀਂ ਉਹਦੇ ਗਾਣੇ ਵਜਾਉਂਦੇ, ਅਸੀਂ ਮੈਡਮ ਨੂਰ ਜਹਾਨ ਦੇ ਵਜਾਉਂਦੇ ਹਾਂ, ਰਫੀ ਸਾਹਿਬ ਦੇ ਵਜਾਉਂਦੇ ਹਾਂ, ਵਜਾਉਂਦੇ ਹਾਂ ਗਾਣੇ। ਚਾਹੋ ਤੇ 20,000 ਕਾਹਦਾ ਦੇਣਾ, ਮੈਂ ਆਪਣਾ ਰੱਖਾ ਵੇਚ ਦੇਣਾ ਤੁਹਾਨੂੰ। ਅਸਲਾਮ ਅਲੈਕਮ ਜਵੇਦ ਸਾਹਿਬ। ਕੀ ਹੋਇਆ ਜਨਾਬ? ਮੈਨੂੰ ਪਤਾ ਲੱਗਿਆ ਬੰਦਾ ਕੋਈ ਥੋੜ੍ਹਾ ਬਹੁਤਾ ਤੰਗ ਕਰ ਰਿਹਾ। ਓਏ ਮੈਨੂੰ ਤਾਂ ਪਾਗਲ ਲੱਗਦਾ। ਹਾਂ ਵੀ ਜਵਾਨਾ, ਕੀ ਨਾਂ ਤੇਰਾ? ਮੇਰਾ ਨਾਂ ਚਾਂਦ ਹੈ, ਚਾਂਦ। ਤੇਰਾ ਨਾਂ ਚਾਂਦ? ਦੋ ਵਾਰਾਂ ਕੋਈ ਦੱਸਣਾ ਮਰੇ, ਤੂੰ ਪਾਗਲ ਹੈ?
ਉਹ ਨਹੀਂ ਉਹ ਮੈਂ ਕਿੱਥੋਂ ਪਾਗਲ ਹੈਗਾ, ਮੈਂ ਸਹੀ ਹਾਂ। ਕਿੱਧਰ ਆਇਆ, ਕੀ ਲੈਣ ਆਇਆ ਖਾਨ ਸਾਹਿਬ ਕੋਲ? ਮੇਰੇ ਭਰਾ ਦਾ ਨਾ ਵਿਆਹ ਹੈ, ਮੈਂ ਬੈਂਡ ਬੁੱਕ ਕਰਵਾਉਣ ਆਇਆ, 20,000 ਮੰਗਿਆ, ਮੈਂ ਡਨ ਕੀਤੀ ਗਾਣੇ ਕਿ ਚਾਹਤ ਦੇ ਨਾਲ ਹੀ ਪਾਗਲ ਬਣਾ ਤਾ ਮੈਨੂੰ। ਪੜ ਕੇ ਕਿਹੜਾ ਚਾਹਤ? ਉਹ ਚਾਹਤ ਫਤਿਹ ਅਲੀ ਖਾਨ ਪਤਾ ਉਹ ਤੈਨੂੰ ਲਵੇ ਮੌਲਾ ਹੋਏ, ਉਹ ਤੇਰਾ ਖਾਨਾ ਖਰਾਬ ਹੋਵੇ ਅਫ ਸਾਹਿਬ। ਉਹ ਅਫ ਸਾਹਿਬ ਇਹ ਬੰਦਾ ਗਾਣੇ ਲੈਣ ਆਇਆ ਖਾਨ ਸਾਹਿਬ ਦੇ ਕੋਲ ਆਇਆ, ਪੂਰਾ ਇਹਨੇ ਆਪਣਾ ਮੇਰਾ ਮਤਲਬ ਹੈ ਗਾਹਕ ਉਹਨਾਂ ਦਾ ਰਿਕਾਰਡ ਕਰਾਇਆ ਸਾਰਾ ਕੁਛ, ਅਤੇ ਕਹਿ ਰਿਹਾ ਚਾਹਤ ਫਤਿਹ ਅਲੀ ਖਾਨ ਦੇ ਗਾਣੇ 'ਤੇ ਤੁਸੀਂ ਕੀ ਕਹਿੰਦੇ ਹੋ? ਇਹ ਗਾਣੇ ਚਾਹਤ ਫਤਿਹ ਅਲੀ ਖਾਨ ਦੇ ਵਜਾਉਂਦਾ, ਮੈਂ ਕਹਿੰਦਾ ਇਹਨੂੰ ਫੜ ਕੇ ਕੰਧਾਂ 'ਚ ਮਾਰੋ, ਇਹਨੂੰ ਕੰਧਾਂ 'ਚ ਮਾਰੋਗੇ ਕੰਧਾਂ ਸਾਡੀਆਂ ਖਰਾਬ ਹੋ ਜਾਣਗੀਆਂ। ਯਕੀਨ ਮੰਨੋ, ਐਸਾ ਕੂੜ ਪਾਗਲ ਕਿਸਮ ਦਾ ਆਦਮੀ ਯਾਰ, ਉਹ ਕੌਣ ਆ ਚਾਹਤ ਫਤਿਹ ਅਲੀ ਖਾਨ ਜਿਹਨਾਂ ਲੋਕਾਂ ਨੁਸਰਤ ਸਾਹਿਬ ਦਾ ਅਦਬ ਕੀਤਾ ਰਾਹਤ ਬਣ ਗਏ, ਉਹ ਬੇਅਦਬ ਲੋਕ ਚਾਹਤ ਬਣ ਗਏ, ਉਹ ਵਾਸਤਾ ਹੀ ਉਹ ਕਿੱਥੋਂ ਆਇਆ? ਇਹਨੂੰ ਮੌਲਾ, ਇਹਨੂੰ ਮੌਲਾ ਨੇ ਵੀ ਨਹੀਂ ਲੈਣਾ ਖੁਦਾ ਦੀ ਕਸਮ, ਇਹਦਾ ਫਰੌਨੀ ਹਾਲ ਹੋਣਾ ਹੈ। ਇਹ ਖਾਨ ਸਾਹਿਬਾਂ ਨੂੰ ਛੇੜਨ ਡਿਆ ਕਿ ਐਸਾ ਮਰੀ ਕੁੱਤੀ ਵਰਗਾ ਮੂੰਹ ਇਹਦਾ, ਖੁਦਾ ਦੀ ਕਸਮ ਹਾਏ ਹਾਏ, ਜਿਵੇਂ ਟਾਈ ਲਾ ਕੇ ਫਾ ਲਿਆ ਹੁੰਦਾ। ਇਹ ਕੌਣ ਮਿਰਾਸੀਆਂ ਨੂੰ ਕੋੜ ਟੱਕਰ ਗਿਆ? ਅਮਰ ਵੀ ਉਹ ਕਿੱਥੋਂ ਆਇਆ ਭਾਈ? ਉਹ ਏਡਾ ਸੁਰੀਲਾ ਮੁੰਡਾ, ਆ ਪਿਛਲੀ ਵੀਡੀਓ 'ਚ ਤੁਹਾਨੂੰ ਯਾਦ ਹੋਣਾ, ਸੁਣਿਆ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ। ਉਹ ਆ ਕੌਣ ਹੈ? ਉਹ ਢਾੜੀਆਂ ਦੀ ਮੌਤ, ਉਹਦਾ ਗਾਣਾ ਨਹੀਂ ਆਫਾ ਸੁਣਿਆ? ਉਹ ਮੈਂ ਸੁਣਿਆ, ਪਤਾ ਕਿਹੜਾ? ਉਹ ਪਾਓ 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 ਜੀ ਪਾਓ ਪਾਓ ਤੁਸੀਂ ਵੀ ਪਾਓ। ਉਹ ਪੁੱਤਰ ਸਿਰਫ ਘਰ ਰਾਸ਼ਨ ਪਾਓ, ਤੁਹਾਨੂੰ ਲਵੇ ਮੌਲਾ। ਉਹ ਫੌਜੀ ਗੱਡੀ ਥੱਲੇ ਆਵੇ ਤੇਰਾ ਚਲਾਨ ਨਾ ਹੋਵੇ, ਉਹ ਤੈਨੂੰ ਲਵੇ ਮੌਲਾ ਹੈ। ਉਹ ਵੱਡੇ ਆ ਜਾਵੇ, ਉਹ ਸੁੱਤਾ ਪਿਆ ਪਾਗਲ ਹੈ, ਕੌਣ ਹੈ? ਉਹ ਮੈਂ ਤੈਨੂੰ ਦੱਸਣਾ, ਮੈਂ ਕੌਣ ਆ? ਖਾਨ ਸਾਹਿਬ ਨੂੰ ਆ ਕੇ ਤੇ ਤੰਗ ਕਰ ਰਿਹਾ, ਹੁਣ ਭਾਜੀ ਨੂੰ ਕੀ ਕਹਿੰਦੇ ਹੋ ਜੇ ਸਾਹਿਬ? ਇਹ ਤਾਂ ਮੈਨੂੰ ਪਾਗਲ ਹੀ ਲੱਗਦਾ। ਇਹ ਪਾਗਲ ਹੀ ਹੈ? ਨਹੀਂ ਨਹੀਂ, ਮੈਂ ਪਾਗਲ ਨਹੀਂ, ਮੇਰੇ ਭਰਾ ਦਾ ਵਿਆਹ, ਮੈਂ ਤੁਹਾਨੂੰ ਸਹੀ ਕਹਿ ਰਿਹਾ, ਗਾਣੇ ਬਸ ਉਹਦੇ ਗਾਣੇ 10 ਬੰਦੇ ਆ। ਨਹੀਂ ਨਹੀਂ ਨਹੀਂ, ਬੜਾ ਬੰਦੇ ਅਬਲ ਕੇ ਆਣ, 10 ਬੰਦਿਆਂ ਨੇ ਜੈਕਟਾਂ ਲਾਈਆਂ ਹੋਣ, ਲਾਣ ਦੋ ਗਾਣੇ ਚਾਹਤੇ। ਇਹ ਕਨਫਰਮ ਪਾਗਲ ਹੈ? ਇਹ ਕਨਫਰਮ ਪਾਗਲ ਹੈ? ਇਹ ਕਨਫਰਮ ਪਾਗਲ ਹੈ? ਨਹੀਂ ਇਹ ਪਾਗਲ ਨਹੀਂ, ਇਹਨਾਂ ਦੇ ਘਰ ਤੇੜੋ ਨੰਗੇ ਰਹਿਣ ਦਰਵਾਜ਼ੇ ਮੈਨੂੰ ਲੱਗਦਾ। ਭਾਈ ਮੇਰੇ ਨਾਲ ਬਾਹਰ ਆ, ਤੂੰ ਆ ਕੇ ਦੁਕਾਨ। ਮੈਂ ਨਹੀਂ ਜਾਣਾ, ਮੈਂ 20,000 ਰੁਪਇਆ ਖਰਚਿਆ, ਮੈਂ ਰਕਸ਼ੇ ਦਾ ਰੇਟ ਲਵਾਇਆ, ਇਹਨਾਂ 20,000 ਦੀ ਤਾਂ ਬੁੱਕ ਕਰਵਾ ਲਿਆ। ਨਾ ਲਾਓ, ਪਲੀਤ ਬੰਦਾ ਜੇ ਖੁਦਾ ਦੀ ਕਸਮ। ਉਹ ਤੂੰ ਕਿਹੜੇ ਪਾਸੇ ਹੈ? ਓਏ ਉੱਠ ਓਏ, ਉਹ ਨਹੀਂ, ਉਹ ਕਿਹੜੇ ਪਾਸੇ ਹੈ? ਉਹ ਨਹੀਂ, ਮੈਂ ਚਾਹਾਂ ਮੈਂ ਦੇਖੇਗਾ ਇੱਥੇ ਆਓ ਸਾਡੇ ਨਾਲ, ਇੱਧਰ ਆਓ ਹਫ ਸਾਹਿਬ, ਇੱਧਰ ਆਓ, ਬਿਸਮਿਲ੍ਲਾ ਇੱਥੇ ਬਵੋ। ਇਹ ਵੇਖੋ, ਇਹ ਵੀ ਕੋਈ ਨੈਸ਼ ਹੀ ਜੇ, ਬਿਸਮਿਲ੍ਲਾ ਜੀ, ਉਧਰ ਨੂੰ ਮੂੰਹ ਕਰੋ। ਵਾਹ ਜੀ ਵਾਹ, ਨਵਾਂ ਲੋਟਾ ਹੁੰਦਾ ਮੈਂ ਪਤਾ ਕਰਨ ਆਇਆ ਸਾ, ਵੇਲਾ ਫਿਰਨ ਡਿਆ। ਅੱਛਾ,
ਤੇ ਮੈਂ ਸੋਚਿਆ ਵੀ ਚਲੋ ਕਿਤੇ ਦੁਕਾਨ ਤੇ ਕਿਸੇ ਦੀ ਤੇ ਚੜ ਵੰਜਾ ਮੂੰਹ ਉਧਰ ਹਾਂ ਕੈਮਰੇ ਵਾਲਾ ਹਾਂ ਦੁਕਾਨ ਤੇ ਚੜ ਵੰਜਾ ਜੀ 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 ਤੇ ਕਿਸੇ ਦਾ ਗਾਹਕ ਤੋੜ ਵੰਜਾ ਅੱਛਾ ਹੋਰ ਸੁਣਾ ਮੇਰੇ ਤੋਂ ਵੀ ਬੜੇ ਮੂੰਹ ਵਾਲੇ ਆ ਦੱਸੋ ਕੇ ਤੁਸੀਂ ਕੀ ਕਹਿਣ ਕੀ ਆਏ ਹੋ ਮਾਸਟਰ ਸਾਹਿਬ ਜਵੇਦ ਸਾਹਿਬ ਨੂੰ ਮੈਂ ਜਵੇਦ ਸਾਹਿਬ ਨੂੰ ਕੁਛ ਨਹੀਂ ਕਹਿਣ ਆਇਆ ਮੈਂ ਬਸ ਆਪਣੀ ਦਿਹਾੜੀ ਲਾਉਣ ਆਇਆ ਅੱਛਾ ਜੀ ਆ ਲੋ ਕੰਮ ਸ਼ਾਮ ਆਉਂਦਾ ਤੁਹਾਨੂੰ ਇਸ ਤਰ੍ਹਾਂ ਦਾ ਕਰਕੇ ਵਾਹੋ ਸਰ ਉਹ ਜੰਜ ਟੁਰ ਪਈ ਵਾਜਿਆ ਨਾਲ ਮੈਂ ਲੁੱਡੀਆਂ ਪਾਵਾਂ ਪਰ ਪਾਪਾ ਪਾਗਲ ਓਏ ਮੇਰੇ ਪੀਸ ਤੂੰ ਜਾਉਂਦੀ ਇਹ ਪੜਪਾ ਪਾ ਤੁਸੀਂ ਕਿਉਂ ਕੀਤਾ ਇਹ ਪੜਪਾ ਪਾ ਇਸ ਲਈ ਕੀਤਾ ਕਿ ਮੈਂ ਇਕੱਲਾ ਨਹੀਂ ਹਾਂ ਕਾਫੀ ਬਿਮਾਰੀਆਂ ਨੇ ਤੁਹਾਡੇ ਨਾਲ ਓਏ ਬਿਮਾਰ ਆਦਮੀ ਹਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੇਰੇ ਨਾਲ ਹੋਰ ਬਹੁਤ ਸਾਰੇ ਲੋਕ ਨੇ ਕਿੱਥੇ ਨੇ ਉਹ ਤਾਂ ਸਲਾਬ ਚ ਫਸੇ ਨੇ ਉਹ ਸਲਾਬ ਚ ਨਹੀਂ ਫਸੇ ਹੋਏ ਗਏ ਬੰਦੇ ਕਾ ਮੂੰਹ ਤੇ ਮੈਂ ਇਹ ਕਹਿ ਰਿਹਾ ਕਿ ਮੇਰੇ ਨਾਲ ਬਹੁਤ ਸਾਰੇ ਬੰਦੇ ਨੇ ਕਿੱਥੇ ਨੇ ਮੇਰੇ ਨਾਲ ਬਦਤਮੀਜ਼ੀ ਨਾਲ ਨਹੀਂ ਬੋਲਣਾ ਅੱਛਾ ਜੀ ਯੈਸ ਮੌਕਲ ਨੇ ਤੁਹਾਡੇ ਮੈਂ ਆਪਣੇ ਮੱਲੇ ਆਪਣੇ ਏਰੀਏ ਚੋਂ ਆਪਣੇ ਇਲਾਕੇ ਚੋਂ ਚਾਰ ਬੈਟਰੀਆਂ ਫੋਰਸ ਕੋਲ ਰੱਖਿਆ ਨਹੀਂ ਹੁੰਦਾ ਅੱਲਾ ਜਾਣਦਾ ਹੀ ਮੈਂ ਚੱਬ ਕੇ ਆਇਆ ਅੱਛਾ ਇਹਦਾ ਮਤਲਬ ਤੇਰੇ ਚੱਕਰ ਇਸ ਤਰ੍ਹਾਂ ਦਾ ਕਰੰਟ ਹੈ ਵੀ ਹੱਥ ਲਾ ਕੇ ਵੇਖ ਲਾ ਹੱਥ ਨਹੀਂ ਲਾਉਣਾ ਤੈਨੂੰ ਬਿਲਕੁਲ ਨਹੀਂ ਲਾਉਣਾ ਛਿੱਤਰ ਛਿੱਤਰ ਲਾਉਣੇ ਤੇਰੇ ਛਿੱਤਰ ਛਿੱਤਰ ਨਹੀਂ ਛਿੱਤਰ ਸੋਟੀਆਂ ਲਾਉਣੀਆਂ ਤੇਰੇ ਤੈਨੂੰ ਵਰਦੀਆਂ ਲਾ ਕੇ ਕਮੀਜ਼ਾਂ ਮਾਰਨੀਆਂ ਤੇਰੇ ਨਾ ਗਾਣਾ ਸੁਣਾਵਾਂ ਤੈਨੂੰ ਨਾ ਸੁਣਾ ਇੱਕ ਇੱਕ ਸ਼ੈ ਛਣਾ ਰੱਬ ਕੇ ਸਜਾਈਏ ਸੁਣਾ ਚਲੰਤਰ ਜਿਹਾ ਸੁਣਾ ਅੱਛਾ ਜੀ ਐਵੇਂ ਚੰਗੀ ਗੱਲ ਆ ਤੇਰੇ ਪਿੱਛੇ ਪਿੱਛੇ ਆਣੀਆਂ ਓਕੇ ਮਜਬੂਰ ਤੇਰੇ ਤਰਲੇ ਮੈਂ ਪਾਣੀਆਂ ਇਸ਼ਕ ਦਾ ਰੋਗ ਬੁਰਾ ਲਓ ਜੀ ਇਹ ਪਾਪਾ ਪਾਪਾ ਕਿਉਂ ਮੈਂ ਨਹੀਂ ਕਰ ਰਹੀ ਇਹਨੂੰ ਗੈਸ ਬਣੀ ਇਹੋ ਹੀ ਮੌਕਲ ਨੇ ਜੀ ਕਹਾ ਇਹੋ ਹੀ ਮੌਕਲ ਨੇ ਲਓ ਜੀ ਗਾਣਾ ਤੁਸੀਂ ਇਹ ਅੱਛਾ ਗਾਇਆ ਲੇਕਿਨ ਹੋਰ ਕੋਈ ਸੁਣਾਓ ਹੋਰ ਸੁਣਾਓ ਉਹ ਜੁੰਮੇ ਮਰਜ਼ੀ ਗਾਣੇ ਗਾਣਾ ਸੁਣਾ ਡਰਾ ਨਾ ਸਾਨੂੰ ਓਕੇ ਬੜਾ ਗਿੱਲੀ ਜਰਾ ਵਰਗਾ ਮੂੰਹ ਹੈ ਤੇਰਾ ਜੁੱਤਾਂ ਨਹੀਂ ਕਰਨੀਆਂ ਮੈਨੂੰ ਫਲਕਾਰ ਕਰਨੀ ਹੈ ਉਹ ਮੈਂ 300 ਬੰਦੇ ਦੀ ਕੱਲਾ ਜੰਜ ਟਕਾ ਦੇਣਾ ਮੈਨੂੰ ਪਤਾ ਮੈਨੂੰ ਪਤਾ ਹਾਂਜੀ ਤੂੰ ਆਮ ਆਦਮੀ ਨਹੀਂ ਜਾ ਜੀ ਫਜ਼ੂਲ ਆਦਮੀ ਹੈ ਨਹੀਂ ਨਹੀਂ ਪਿਆਰ ਪਿਆਰਾ ਕਹਿ ਗਿਆ ਤਈ ਮੈਨੂੰ ਕਿਤੇ ਕੁਛ ਵੀ ਨਾ ਕਹਿ ਦੀ ਜੀ ਆਇਆ ਮੌਸਮ ਤੇਰੇ ਮੇਰੇ ਮੇਰੇ ਤੇਰੇ ਤੇਰੇ ਮੇਰੇ ਮੇਰੇ ਤੇਰੇ ਪਿਆਰ ਦਾ ਪਾ 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 ਇਹਦਾ ਪੀਸ ਨਹੀਂ ਤੁਹਾਨੂੰ ਆਉਂਦਾ ਯੈਸ ਗਾਣਾ ਤੁਸੀਂ ਅੱਛਾ ਗਾਇਆ ਹੈ ਮੇਰੇ ਨਾਲ ਲੋਕ ਬਹੁਤ ਅੱਛੀ ਆਵਾਜ਼ ਹੈ ਤੁਹਾਡੀ ਯੈਸ ਲੇਕਿਨ ਸਾਰੀ ਪੱਕਾ ਜੇ ਖੁਦਾ ਦੀ ਕਸਮ ਮੈਂ ਕਹਿ ਰਿਹਾ ਜੀ ਬੜਾ ਪੱਕਾ ਆਦਮੀ ਗਾਣੇ ਅੱਛੇ ਗਾ ਰਿਹਾ ਹੈ ਇਹ ਮੈਨੂੰ ਲੱਗਦਾ ਹੈ ਇਹਨੇ ਨਾ ਕਿਸੇ ਢਾੜੀ ਕੋਲੋਂ ਚਮੋਟੇ ਜ਼ਿਆਦਾ ਖਾਧੇ ਨੇ ਪਾਗਲ ਹੋ ਗਏ ਆ ਨਹੀਂ 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 ਅੱਛਾ ਗਾਣਾ ਤੁਸੀਂ ਸਹੀ ਗਾਇਆ ਹੈ ਜੀ ਹੋਰ ਕੋਈ ਸੁਣਾ ਹੋਰ ਸੁਣਾਵਾਂ ਹੋਰ ਕੁਛ ਜੇ ਮੈਂ ਹੁੰਦੀ ਢੋਲਣਾ ਵੇ ਢੋਲਣਾ ਸੋਹਣੇ ਦੀ ਤਵੀ ਤੜੀ ਪਾਉ 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 ਟੰਗ ਅਗਲਾ ਦੀ ਜਾਣੀਆਂ ਵੇ ਜਾਣੀਆਂ ਪੱਕ ਸੋਹਣੇ ਦੀ ਤਵੀ ਤੜੀ ਮੈਨੂੰ ਪਤਾ ਹੈ ਮੇਰਾ ਮਤਲਬ ਹੈ ਕਿ ਤੁਸੀਂ ਕਦੀ ਛੋਟਾ ਡੋਰ ਦਾ ਪਿੰਨਾ ਵੇਖਿਆ ਹੋਏਗਾ ਹਾਂਜੀ ਦੇਖਿਆ ਜੀ ਉਹਦੇ ਰਗਾ ਮੂੰਹ ਤੁਹਾਡਾ ਪਿਛਲੇ ਸਾਲ ਨੂੰ ਵੇਖਿਆ ਹਾਂਜੀ ਹਾਂਜੀ ਉਹਦੇ ਰਗਾ ਮੂੰਹ ਤੁਹਾਡਾ
ਛੋਟੇ ਬੱਚੇ ਦਾ ਢਿੱਡ ਵੇਖਿਆ ਹੋਇਆ ਤੁਹਾਡਾ, ਆਪਣਾ ਛੋਟਾ ਸਪੀਡ ਬ੍ਰੇਕਰ ਵੇਖਿਆ ਹੋਇਆ ਉਹਦੇ ਰਕਮ ਹੋਵੇ ਤੁਹਾਡਾ, ਮੇਰਾ ਮਤਲਬ ਬੁੱਢੀ ਮਾਈ ਵੇਖੀ ਹੋਈ ਉਹਦੇ ਪੈਰ ਦੀ ਅੱਡੀ ਵੇਖੀ ਹੋਈ ਉਹਦੇ ਰਕਮ ਹੋਵੇ ਤੁਹਾਡਾ, 100 ਸਾਲ ਦਾ ਪੁਰਾਣਾ ਬਾਥਰੂਮ ਹੋਵੇ ਕੁੱਤੀ ਨੇ ਸੱਪ ਖਾ ਲਿਆ, ਨਹੀਂ ਨਹੀਂ ਸੱਪ ਨੇ ਕੁੱਤੀ ਖਾ ਲਿਆ, ਮੈਂ ਇਹ ਦੱਸੋ ਪੁਰਾਣਾ ਬਾਥਰੂਮ ਬਲੋਟਾ ਬਗੈਰ ਟੁੱਟੀ ਉਹਦੇ ਰਕਮ ਹੋਵੇ ਤੁਹਾਡਾ, ਹਾਂਜੀ ਦੂਰੋਂ ਬੜੀ ਦੂਰੋਂ ਤੇਰਾ ਖਤ ਆਇਆ ਢੋਲ ਆਹਾ, ਮੈਂ ਨਹੀਂ ਬੋਲਣਾ, ਦੂਰੋਂ ਬੜੀ ਦੂਰੋਂ ਤੇਰਾ ਖਤ ਆਇਆ ਆਵਾਜ਼ ਵੀ ਬੜੀ ਅੱਛੀ ਹੈ, ਬੰਦਾ ਤੂੰ ਅੱਛਾ ਹੈ, ਗਾਣਾ ਹੋਰ ਕੁਛ ਨਾ ਪਿਆਰ ਤੈਨੂੰ ਕਰਨੀ ਆ ਪਿਆਰ ਵੇ ਦਿਲ ਵਿੱਚ ਵਸਣਾ ਏ, ਦਿਲ ਵਿੱਚ ਵਸਣਾ ਏ ਤੂੰ ਦਿਲਦਾਰ ਵੇ, ਪਿਆਰ ਤੈਨੂੰ ਕਰਨੀ ਆ ਪਿਆਰ ਵੇ, ਓਏ ਪਿਆਰ ਤੈਨੂੰ ਕਰਨੀ ਆ ਨਾਜ਼ਰੀਨ ਕਲੈਪ ਤੁਹਾਡਾ ਦਿਲ ਕਰਦਾ ਹੋਏਗਾ, ਇੱਕ ਵਾਰ ਕਲੈਪ ਕਰੋ ਇਹ ਸਾਈ ਵਾਸਤੇ, ਇਹ ਸਾਈ ਹੈ ਬਾਵਲਾ ਹੈ ਨਾਜ਼ਰੀਨ, ਲੇਕਿਨ ਇਹਨੂੰ ਮੌਸੀਕੀ ਦਾ ਸ਼ੌਕ ਹੈ, ਗਾਣੇ ਤੁਸੀਂ ਅੱਛੀ ਗਾ, ਇੱਧਰ ਵੇਖ ਇੱਧਰ ਵੇਖ ਭੁੱਠੀ ਮਾਂ ਭੁੱਖੀ ਮਾਣ ਵਰਗਾ ਮੂੰਹ ਹੈ, ਮੈਂ ਕਹਿ ਰਿਹਾ ਅੱਛਾ ਜੀ, ਮੈਂ ਕਹਿ ਰਿਹਾ ਤੁਹਾਨੂੰ ਜੀ ਕਿ ਆਵਾਜ਼ ਤੁਹਾਡੀ ਅੱਛੀ ਹੈ, ਹਾਂਜੀ, ਲੇਕਿਨ ਕੋਈ ਐਸਾ ਗਾਣਾ ਸੁਣਾਓ, ਤੁਸੀਂ ਇੰਝ ਕਰੋ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਗਾਣਾ ਅਤਾਉਲਾ ਦੀ ਆਵਾਜ਼ 'ਚ ਸੁਣਾਓ, ਨੁਸਰਤ ਫਤਿਹ ਅਲੀ ਸਾਹਿਬ ਦਾ ਗਾਣਾ ਅਤਾਉਲਾ ਦੀ ਆਵਾਜ਼ ਸੁਣਾਓ, ਬੇਅਦਬ ਜਿਹਾ ਲੱਗਾ ਮੈਨੂੰ, ਅੱਛਾ ਜੀ, ਖਾਨ ਸਾਹਿਬ ਦਾ ਗਾਣਾ ਨਹੀਂ ਖਰਾਬ ਕਰਨਾ, ਅੱਛਾ ਜੀ, ਆਏ ਹਾਏ ਹਾਏ ਮਾਂ ਤੋਂ ਝੋਈ ਗਾਂ ਲਈ ਗੱਲਾਂ ਸਹੀ ਕਰਦਾ, ਮਾਂ ਤੋਂ ਝੋਈ ਗਾਂ ਲਈ ਹੋਰ ਕੋ ਗਾਣਾ, ਮਾਂ ਤੋਂ ਖਾਨ ਸਾਹਿਬ ਦਾ ਗਾਣਾ ਸਾਹਿਬ, ਹਾਂ ਸੁਣ ਫਿਰ, ਹਾਂ, ਕਾਗੇ ਉਡਾਵਾਂ ਤਰਲੇ ਪਾਵਾਂ ਬੜੀ ਵਾਗੇ ਤਰਲੇ ਪਾਵਾਂ ਯਾਦ ਪਵੇ ਤੇ ਤੇਰਾ ਜ਼ਿਕਰ ਕਰਾ ਦੇ ਹੱਸਾਂ ਮਾਇਆ ਕਿਧਰੀਆਂ ਪੈਂਦੀਆਂ ਦੱਸਾਂ ਹੋ, ਹਾਂ ਪੁਰਸ਼ ਵੀ ਕਰਿਆਗਾ, ਖਾਨ ਸਾਹਿਬ ਤੁਹਾਨੂੰ ਕੈਸੀ ਆਵਾਜ਼ ਲੱਗ ਰਹੀ ਹੈ ਆਪਣਾ ਵਿੱਕੀ ਸਾਹਿਬ ਵਿੱਕੀ ਬਾਬੂ, ਨਹੀਂ ਆਵਾਜ਼ ਤਾਂ ਮਾਸ਼ਾਅੱਲਾ ਬਹੁਤ ਅੱਛੀ ਹੈ, ਬੰਦਾ ਕੋੜ ਕਿਸਮ ਦਾ, ਕੋੜ ਕੀ ਬਣੇ ਤੁਹਾਡੀ ਕੀ ਤੁਹਾਡੀ, ਹਾਏ 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 ਵਾਹੀ ਵਾਹ ਫਜੀ ਬਹੁਤ ਅੱਛਾ ਗਾਇਆ ਤੇ ਤੁਸੀਂ ਵੀ ਅੱਛਾ ਗਾਇਆ, ਕਿਆ ਕਹਿ ਜੀ ਖਾਨ ਸਾਹਿਬ ਤੁਸੀਂ ਕੀ ਕਹੋਗੇ, ਇਹਨੇ ਆਪਣਾ ਸ਼ਕੀਲ ਸਾਹਿਬ ਮਹਿਫਲ ਤੇ ਚੰਗੀ ਲਾਈ ਏ, ਗਾਣਾ ਤੇ ਅੱਛਾ ਗਾਇਆ, ਬਾਕੀ ਗੁੰਨੀ ਇਹਨੂੰ ਪੁੱਤਰ ਛਾਤੇ ਲਾਇਆ ਤੇ ਉੱਤੋਂ ਜਾ ਕੇ ਇਹਨੂੰ ਧੱਕਾ ਦੇ ਦੇ, ਸਾਜੀ ਇਹਨੂੰ ਅਸੀਂ ਥੱਲੇ ਨਹੀਂ ਸੁੱਟਾਂਗੇ, ਇਹਨੂੰ ਥੱਲੇ ਸੁੱਟਿਆ ਤੇਰਾ ਪਟਾਕਾ ਬੋਲ ਜਾਏਗਾ, ਇਹਨੂੰ ਮੈਂ ਆਪਣੀਆਂ ਜੁਰਾਬਾਂ ਸੁੰਘਾਨਾ ਹੁਣੇ ਹੀ ਮਰ ਜਾਏਗਾ, ਨਾਜ਼ਰੀਨ ਦੇਖਿਆ ਤੁਸੀਂ ਹਰ ਬੰਦੇ 'ਚ ਟੈਲੈਂਟ ਏ, ਜਿਹੜਾ ਬੰਦਾ ਪਿੱਛੇ ਬੈਠਿਆ ਉਹਦੇ 'ਚ ਟੈਲੈਂਟ ਏ, ਇਹ ਮੇਰੇ ਭਰਾ 'ਚ ਵੀ ਟੈਲੈਂਟ ਏ, ਇਹ ਮੇਰੇ ਵਿੱਕੀ ਬਾਬੂ ਇਹਨਾਂ 'ਚ ਵੀ ਟੈਲੈਂਟ ਹੈ, ਮੇਰਾ ਅਲੀ ਭਾਈ ਮੇਰਾ ਬੇਟਾ ਉਹਦੇ 'ਚ ਵੀ ਟੈਲੈਂਟ, ਜਵੇਦ ਸਾਹਿਬ ਦਾ ਬੇਟਾ ਜਵੇਦ
ਭਾਈ ਦੀ ਦੁਕਾਨ 'ਤੇ ਅਸੀਂ ਅੱਜ ਆ ਕੇ ਪ੍ਰੋਗਰਾਮ ਕੀਤੇ ਨੇ, ਤੁਹਾਨੂੰ ਕੈਸੇ ਲੱਗ ਰਹੇ ਨੇ? ਇਹ ਤੁਸੀਂ ਮੇਰੇ ਚੈਨਲ ਸ਼ਕੀਲ ਚੰਨ ਆਫਿਸ਼ੀਅਲ 'ਤੇ ਵੇਖ ਕੇ ਲਾਈਕ ਕਰਨਾ ਹੈ, ਸਬਸਕ੍ਰਾਈਬ ਕਰਨਾ ਹੈ ਔਰ ਆਈਕੋਨ ਦਾ ਬਟਨ ਦਬਾਉਣਾ ਤਾਂ ਕਿ ਹਰ ਵੀਡੀਓ ਮੇਰੀ ਤੁਹਾਡੇ ਤੱਕ ਪਹੁੰਚੇ। ਅਤੇ ਨਾ ਜਾਂਦੇ ਜਾਂਦੇ ਮੈਂ ਕਹਾਂਗਾ ਅੱਲਾ ਨਿਗਹਿਬਾਨ ਅਤੇ ਜੀਵੇ ਜੀਵੇ ਪਾਕਿਸਤਾਨ।